ਕਾਨੂੰਨ ਤੁਹਾਡੀ। ਮਾਮਲਾ ਰੂਪਨਗਰ ਦੇ ਪਿੰਡ ਬੜੀ ਹਵੇਲੀ ਦਾ, ਜਿੱਥੇ ਲੋਕਾਂ ਨੇ ਬੱਚੇ ਚੋਰੀ ਦਾ ਦੋਸ਼ ਲਾ ਕੇ ਤਿੰਨ ਸਾਧੂਆਂ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ, ਜਿਸ ਤੋਂ ਬਾਅਦ ਤਿੰਨੋਂ ਸਾਧੂਆਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਛੱਡ ਰਹੇ ਹਾਂ, ਜੇ ਕਿਤੇ ਪਤਾ ਲੱਗਿਆ ਵੀ ਇਹ ਸ਼ਾਮ ਨੂੰ ਘੁੰਮਦੇ ਆ, ਇਹ ਮਾਰ ਦੇਣੇ ਮੁਲਾਜ਼ਮ ਆ ਗਏ। ਪਰ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਸਾਧੂਆਂ ਨੂੰ ਬੇਕਸੂਰ ਐਲਾਨ ਦਿੱਤਾ। ਜਦੋਂ ਮੈਂ ਵੈਰੀਫਾਈ ਕੀਤਾ ਇਹ ਤਿੰਨ ਜਿਹੜੇ ਬੰਦੇ ਹੈਗੇ ਆ, ਇਹ ਇੱਥੋਂ ਦੇ ਰਹਿਣ ਵਾਲੇ ਆ, ਸਦਾਬਾਦ ਏਰੀਏ ਦੇ ਰਹਿਣ ਵਾਲੇ ਆ, ਰੋਪੜ ਸ਼ਹਿਰ ਦੇ। ਅਤੇ ਇਹਨਾਂ ਨੇ ਮਤਲਬ ਕਿ ਕਾਫੀ ਜੋ MC ਜੋ ਹੈਗੇ ਉੱਥੇ ਬਹੁਤ ਬੁਰੇ ਹੁੰਦੇ, ਉਹਨਾਂ ਤੋਂ ਅਸੀਂ ਪੜਤਾਲ ਕਰ ਚੁੱਕੇ ਹਾਂ। ਲੋਕਲ ਰਹਿਣ ਵਾਲੇ ਆ, ਕੋਈ ਅਰਜੀ ਇਹਨਾਂ ਦਾ ਕੋਈ ਕ੍ਰਿਮੀਨਲ ਵਾਲੇ ਬੈਕਗ੍ਰਾਊਂਡ ਨਹੀਂ ਹੈ। ਲੋਕਾਂ ਨੇ ਸਾਧੂਆਂ ਦੀ ਕੁੱਟਮਾਰ ਵੀ ਕੀਤੀ ਅਤੇ ਪੁਲਿਸ ਨੇ ਵੀ ਸੇਵਾ ਪਾਣੀ ਕਰਕੇ ਇਹਨਾਂ ਸਾਧੂਆਂ ਨੂੰ ਨਿਰਦੋਸ਼ ਐਲਾਨ ਦਿੱਤਾ। ਪਰ ਹੁਣ ਇੱਕ ਦਿਨ ਬਾਅਦ ਪੁਲਿਸ ਨੇ ਇਹਨਾਂ ਸਾਧੂਆਂ 'ਤੇ ਮੁਕੱਦਮਾ ਦਰਜ ਕਰ ਲਿਆ, ਜਿਸ ਦੇ ਰੋਸ ਵਜੋਂ ਸਾਧੂਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕੁਛ ਸਾਡੇ ਲੋਕ ਜਿਹੜੇ ਸਾਧੂ ਸੰਤ ਬਣ ਕੇ ਆਪਣਾ ਮਤਲਬ ਰੁਜ਼ਗਾਰ ਹੈ ਉਹਨਾਂ ਦਾ, ਆਪਣੇ ਬੱਚੇ ਪਾਲਦੇ ਹੈ ਜੀ, ਉਹ ਜਿਹੜੇ ਸਾਧੂ ਹੈ ਉਹ ਕੋਈ ਬਾਹਰੋਂ ਨਹੀਂ ਆਇਆ ਜੀ, ਨਾਲ ਸਦਾਵਰਤ ਮਹੱਲਾ ਹੈ, ਸਾਰੀ ਉਹਨਾਂ ਦੀ ਪੰਚਾਇਤ, ਸਾਰੀ ਉਹਨਾਂ ਦੀ ਨੌਜਵਾਨ ਸਭਾ, ਉਹਨਾਂ ਦਾ ਸਾਰੇ ਜਿਹੜੇ ਲੋਕ ਹੈ ਇਸ ਟਾਈਮ ਉਹਨਾਂ ਦੇ ਨਾਲ ਖੜ੍ਹੇ ਹੈ। ਗੱਲ ਇਹ ਹੈ, ਸਵਾਲ ਇਹ ਆਉਂਦਾ ਵੀ ਪ੍ਰਸ਼ਾਸਨ ਨੇ ਇੱਕ ਜਨਾਨੀ ਦੇ ਮਾੜਾ ਜਿਹਾ ਰੌਲਾ ਪਾਉਣ 'ਤੇ, ਅਫਵਾਹ 'ਤੇ ਉਹਨਾਂ ਬੰਦਿਆਂ ਨੂੰ ਜਿਹੜਾ ਸੰਤਾਂ ਨੂੰ ਜਿਹੜਾ ਨਜਾਇਜ਼ ਕੁੱਟਿਆ, ਜਿਹੜਾ ਪ੍ਰਸ਼ਾਸਨ ਵੱਲੋਂ ਸਰਾਸਰ ਧੱਕਾ ਹੈ, ਮੈਂ ਇਸ ਗੱਲ ਦੀ ਬੜੀ ਨਿਖੇਧੀ ਕਰਦਾ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਬਗੈਰ ਆਈਡੈਂਟੀਫਿਕੇਸ਼ਨ ਤੋਂ ਜਿਹੜਾ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੀ ਹੈ। ਦੇਖੋ ਜਿਹੜਾ ਪਬਲਿਕ ਨੇ ਤਾਂ ਉਹਨਾਂ ਨੂੰ ਕੁੱਟਿਆ ਹੀ ਕੁੱਟਿਆ, ਕੁਛ ਸ਼ਰਾਰਤੀ ਬੰਦੇ ਸੀਗੇ ਉੱਥੇ, ਉਹਨਾਂ ਮੈਂ ਇਹ ਸਮਝਦਾ ਵੀ ਉਹ ਲੋਕ ਵੀ ਜਿਹੜੇ ਇੱਥੇ ਰੇੜੇ ਵਾਲੇ ਕੁਛ ਬੈਠਦੇ ਹੈ, ਉਹਨਾਂ ਨੂੰ ਵੀ ਪਤਾ ਸੀ ਵੀ ਇਹ ਬੰਦੇ ਕੌਣ ਹੈ। ਮੈਂ ਇਹ ਗੱਲ ਪ੍ਰੂਫ ਕਰ ਸਕਦਾ ਸਾਹਿਬ ਦੇ ਮੂਹਰੇ ਲਿਜਾ ਕੇ, SSP ਸਾਹਿਬ ਦੇ, ਪ੍ਰਸ਼ਾਸਨ ਦੇ ਮੂਹਰੇ, ਵੀ ਉਹ ਲੋਕ ਕਚਹਿਰੀ ਦੇ ਵਿੱਚ ਵੀ ਇੱਕ ਇੱਕ ਦੋ ਦੋ ਰੁਪਇਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹੈ। ਇਹਦੇ 'ਚ ਨਾ ਇਹ ਰਿਟਰਨ ਦੇ ਰਿਹਾ ਹੁਣੇ ਸਾਨੂੰ, ਅਸੀਂ ਉਹ ਵੈਰੀਫਾਈ ਕਰ ਲੈਂਦੇ, ਜੋ ਵੀ ਹੈਗਾ ਅਸੀਂ ਜੋ ਬਿਲਕੁਲ ਠੀਕ ਕਰ ਲੈਂਦੇ। ਸਰ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਕੁੱਟਦੇ ਹੋਏ ਦਿਖਾਈ ਦੇ ਰਹੇ ਨੇ ਆਮ ਲੋਕਾਂ ਦੇ ਨਾਲ, ਉਹ ਵੀ ਕੋਈ ਜੇ ਉਹਨਾਂ ਨੇ ਕੀਤੀ ਗਲਤੀ ਤਾਂ ਐਕਸ਼ਨ ਹੋਊਗਾ ਉਹਨਾਂ ਦਾ। ਅਤੇ 7-5 ਸਾਲ ਉਹਨਾਂ ਦੇ ਉੱਤੇ ਕਰ ਦਿੱਤੀ ਗਈ ਹੈ, ਜਦਕਿ ਉਹ ਕੱਲ੍ਹ ਸ਼ਾਮ ਨੂੰ ਤੁਹਾਡੇ SHO ਸਾਹਿਬ ਨੇ ਵੀ ਕਿਹਾ ਵੀ ਬੰਦੇ ਬੇਕਸੂਰ ਨੇ ਪਾਏ ਗਏ। 7-5 ਕਰਤੀ ਹੈ ਅਸੀਂ SDM ਸਾਹਿਬ ਦੇ ਪੇਸ਼ ਕਰਾ ਕੇ, ਹੁਣ ਉਹਨਾਂ ਦੀ ਜੇ ਉਹ ਬਿਲਕੁਲ ਬੇਕਸੂਰ ਹੈ ਤਾਂ ਅਸੀਂ ਮੇਲ ਵਾਸਤੇ ਲਿਖ ਦਾਂਗੇ। ਪੁਲਿਸ ਮੁਲਾਜ਼ਮ ਖਿਲਾਫ਼ ਕਾਰਵਾਈ ਹੋਊਗੀ ਜਾਂ ਜਿਹੜੇ? ਹਾਂ, ਪੁਲਿਸ ਮੁਲਾਜ਼ਮਾਂ ਜ਼ਰੂਰ ਕਾਰਵਾਈ ਹੋਊਗੀ। ਪੁਲਿਸ ਵੱਲੋਂ ਪਹਿਲਾਂ ਸਾਧੂਆਂ ਨੂੰ ਬੱਚਾ ਚੋਰੀ ਮਾਮਲੇ 'ਚ ਕਲੀਨ ਚਿੱਟ ਦੇਣਾ ਅਤੇ ਬਾਅਦ 'ਚ ਉਹਨਾਂ ਨੂੰ ਰਿਹਾ ਨਾ ਕਰਕੇ ਮੁਕੱਦਮਾ ਦਰਜ ਕਰਨਾ, ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜ੍ਹੇ ਕਰਦਾ ਹੈ। ਇਸ ਕਾਰਨ ਮਾਮਲੇ ਦੀ ਜਾਂਚ ਕਰਨੀ ਤਾਂ ਬਣਦੀ ਹੈ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਪੈਰਿਸ TV।